ਫੁਕਾਨੇ ਹੱਕਾਂ ਦੇ ਲਈ ਲੜਨਾ ਸਿੱਖ ਲੋ ਦਾਤਾ ਤੂੰ ਨਾ ਕਰੇ ਤੇ ਕਰੇ ਹੋਰ ਕਿਹੜਾ ਮੇਰੇ ਸਭੇ ਜ਼ਰੂਰੀ ਤਾਂ ਪੂਰੀਆਂ ਲੋਕੀ ਤੱਕਦੇ ਗੁਨਾਹ ਮੇਰੇ ਮੈਂ ਤੇ ਤੱਕਦਾ ਰੇ ਬਚਾ ਤੇਰੀਆਂ ਜਿਹੜੇ ਵੀ ਸੰਗਤ ਦੱਸ ਦਿੰਦੇ ਨੇ ਇਹਦੇ ਆਦਰ ਬਣ ਕੇ ਕਹਿਣਾ ਰੰਬੀ ਆਰ ਵਾਲਿਆ ਜਗ ਰੱਖ ਵਾਲਿਆ ਰੰਬੀ ਆਰ ਵਾਲਿਆ ਜਗ ਰੱਖ ਵਾਲਿਆ ਚੋਚ ਤੇਰੇ ਜਗ ਹੀ ਦੋਨੇ ਆਰੇ ਚੋਚ ਤੇਰੇ ਜਗ ਹੀ ਦੋਨੇ ਆਰੇ ਰੰਬੀ ਆਰ Thank you.
ਜਿਹਦੇ ਵੀ ਸਕਰ ਬੈਠੇ ਇੱਥੇ ਆ ਗਏ ਗੋਣੀ ਕਾਂਛੀ ਦੇ ਵਿੱਚ ਆਈ ਇੱਕ ਜੋਤ ਰੱਬ ਦੀ ਜਿਵੇਂ ਸੂਰਜ ਲਿਸ਼ਕਾ ਮਾਰੇ ਇੰਜ ਜੋਤ ਜਗਦੀ ਕਾਂਛੀ ਦੇ ਵਿੱਚ ਆਈ ਇੱਕ ਜੋਤ ਰੱਬ ਦੀ ਜਿਵੇਂ ਸੂਰਜ ਲਿਸ਼ਕਾ ਮਾਰੇ ਇੰਜ ਜੋਤ ਜਗਦੀ ਕਾਂਛੀ ਦੇ ਵਿੱਚ ਆਈ ਬਹੁਤ ਹੀ ਧੰਨਵਾਦੀ ਹਾਂ ਦਵਿੰਦਰ ਕੁਮਾਰ ਜੀ ਦੇ, ਗੁਰੂ ਪਿਆਰੇ ਸਾਧ ਸੰਗਤ ਜੀ, ਅੱਜ ਦੇ ਸੁਭਾਗੇ ਮੌਕੇ 'ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਕ੍ਰਿਸ਼ਨਾ ਦੇਵੀ ਜੀ ਮਹਾਰਾਜ, ਗੱਦੀ ਸਿੰਘ ਮਹਾਂਪੁਰਸ਼ ਡੇਰਾ ਸ੍ਰੀ ਅਖਵਾੜ ਸੰਤ ਹਰੀਦਾਸ ਜੀ ਮਹਾਰਾਜ ਬਹੁਪਰਾਜ ਕਲਾਂ ਤੋਂ ਸਾਡੇ ਦਰਮਿਆਨ ਪਹੁੰਚੇ ਹਨ। ਉਹਨਾਂ ਦੇ ਇੱਥੇ ਆਉਣ 'ਤੇ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਜੀਆਂ ਆਖਦੇ ਹਾਂ, ਉਹਨਾਂ ਦਾ ਧੰਨਵਾਦ ਕਰਦੇ ਹਾਂ। ਬਹੁਤ ਹੀ ਧੰਨਵਾਦੀ ਹਾਂ ਬੀਬੀ ਜੀ ਦਾ। ਹੁਣ ਬੇਨਤੀ ਕਰਾਂਗੇ ਪੰਗੜ ਬ੍ਰਦਰਜ ਰਾਏਪੁਰ ਵਾਲਿਆਂ ਨੂੰ ਕਿ ਉਹ ਆ ਕੇ 20 ਮਿੰਟ ਦੇ ਲਈ ਹਾਜ਼ਰੀ ਲਾਉਣ। ਪੰਗੜ ਬ੍ਰਦਰਜ ਰਾਏਪੁਰ ਵਾਲੇ ਬਹੁਤ ਹੀ ਸੁਭਾਗਾ ਸਮਾਂ ਹੈ ਕਿ ਸਾਰੀਆਂ ਸੰਗਤਾਂ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ ਦਿਆਲ ਵਿਰਦੀ ਸਮੁੱਚੇ ਪਰਿਵਾਰ ਵੱਲੋਂ ਆਪਣੇ ਪੋਤਰੇ ਦੇ ਜਨਮ ਦੇ ਉਪਲਕਸ਼ ਦੇ ਵਿੱਚ ਜੋ ਸਮਾਗਮ ਰਚਾਏ ਗਏ ਹਨ, ਬਹੁਤ ਹੀ ਸੁਭਾਗਾ ਸਮਾਂ ਹੈ ਕਿਉਂਕਿ ਆਮ ਤੌਰ 'ਤੇ ਦੇਖਦੇ ਹਾਂ ਕਿ ਜਦੋਂ ਅਜਿਹਾ ਮੌਕਾ ਕੋਈ ਪਰਿਵਾਰਾਂ ਨੂੰ ਮਿਲਦਾ ਹੈ ਤਾਂ ਅਸੀਂ ਸ਼ਰਾਬਾਂ ਤਬਾਬਾਂ ਦੇ ਵਿੱਚ ਪੈ ਕੇ ਕਈ ਕਈ ਜੀਵਨ ਦੀ ਹੱਤਿਆ ਕਰਦੇ ਹਾਂ। ਅਨੇਕਾਂ ਹੀ ਮੁਰਗੇ ਵੱਢੇ ਜਾਂਦੇ ਹਨ, ਬੱਕਰੇ ਵੱਢੇ ਜਾਂਦੇ ਹਨ, ਔਰ ਬਹੁਤ ਸਾਰੇ ਅਜਿਹੇ ਕਰਮ ਅਸੀਂ ਕਰਦੇ ਹਾਂ। ਪਰ ਇਸ ਪਰਿਵਾਰ ਨੇ, ਬਿਰਦੀ ਪਰਿਵਾਰ ਨੇ ਇਹ ਜੋ ਉਪਰਾਲਾ ਕੀਤਾ ਹੈ ਪਿੰਡ ਦੇ ਵਿੱਚ, ਪਹਿਲਾ ਸੰਤ ਸੰਮੇਲਨ ਕਰਵਾ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ, ਔਰ ਇਹ ਸੰਤ ਸੰਮੇਲਨ ਇਸ ਧਰਤੀ 'ਤੇ ਕਰਾਉਣਾ ਹੋਰ ਵੀ ਮਹੱਤਵ ਹੋ ਜਾਂਦਾ ਹੈ ਕਿਉਂਕਿ ਸੁੱਚੀ ਪਿੰਡ ਦੀ ਜੋ ਧਰਤੀ ਹੈ ਇਹ ਸ੍ਰੀ ਅਕਸਰ ਸੰਤ ਸੁਰਿੰਦਰ ਦਾਸ ਬਾਬਾ ਜੀ ਮਹਾਰਾਜ ਜੀ ਦੀ ਜਨਮ ਭੂਮੀ ਹੈ। ਵੈਸੇ ਤਾਂ ਇਸ ਧਰਤੀ ਨੂੰ ਇਹ ਧਰਤੀ ਪੀਰਾਂ ਫਕੀਰਾਂ ਦੀ ਧਰਤੀ ਹੈ ਕਿਉਂਕਿ ਆਮ ਅਖਬਾਰਾਂ ਦੇ ਵਿੱਚ ਸੁਣਦੇ ਰਹਿੰਦੇ ਹਾਂ, ਤਕਰੀਬਨ ਆਹਾੜ ਦੇ ਵਿੱਚ ਤਕਰੀਬਨ ਮੇਲੇ ਕਾਫੀ ਮਹੀਨਾ ਦੋ ਮਹੀਨੇ ਮੇਲੇ ਲਗਾਤਾਰ ਚੱਲਦੇ ਰਹਿੰਦੇ ਹਨ, ਔਰ 9-10 ਮੇਲੇ ਮੇਰਾ ਖਿਆਲ ਪੀਰਾਂ ਦੇ ਹੀ ਇਸ ਪਿੰਡ ਦੇ ਵਿੱਚ ਲੱਗਦੇ ਹਨ। ਪਰ ਸੰਤਾਂ ਮਹਾਂਪੁਰਖਾਂ ਦੀ ਆਪਣੀ ਹੀ ਵਡਿਆਈ ਹੈ, ਆਪਣੀ ਹੀ ਅਹਿਮੀਅਤ ਹੈ। ਗੁਰੂ ਪਿਆਰੇ ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ, ਚਾਰ ਪਦਾਰਥ ਜੇ ਕੋ ਮੰਗੈ ਸੰਤ ਜਨਾਂ ਕੀ ਸੇਵਾ ਲਾਗੈ। ਮਹਾਰਾਜ ਕੀ ਜੈ, ਜੋ ਬੋਲੇ ਸੋ ਨਿਰਭੈ ਸਤਿਗੁਰ ਸੁਆਮੀ ਸਰਵਣ ਦਾਸ ਮਹਾਰਾਜ ਕੀ ਜੈ। ਕਿਉਂਕਿ ਰਵਿੰਦਰ ਰਵਿਦਾਸੀਆ ਜਿਨ੍ਹਾਂ ਦਾ ਨਾਂ ਵੀ ਮਹਾਂਪੁਰਸ਼ਾਂ ਨੇ, ਸੋ ਮਹਾਂਪੁਰਸ਼ਾਂ ਕੋਲ ਬਹੁਤ ਸਾਰਾ ਆਸ਼ੀਰਵਾਦ, ਮਹਾਂਪੁਰਸ਼ਾਂ ਨੇ ਆਪਣੇ ਮੁਖਾਰਵਿੰਦ ਤੋਂ ਇਹਨਾਂ ਦਾ ਨਾਮ ਰੱਖਿਆ ਹੈ ਕਿਉਂਕਿ ਇਹ ਉਹ ਨਗਰ ਹੈ ਜਿੱਥੇ ਸੂਰਮੇ ਪੈਦਾ ਹੁੰਦੇ, ਐਵੇਂ ਨਹੀਂ ਰਵਿਦਾਸੀਏ ਨਾਮ ਰੱਖੇ ਜਾਂਦੇ। ਸੰਤ ਸੁਰਿੰਦਰ ਦਾਸ ਬਾਬਾ ਜੀ ਮਹਾਰਾਜ ਜਿਨ੍ਹਾਂ ਨੇ 30 ਜਨਵਰੀ 2010 ਨੂੰ ਕੰਸ਼ੀ ਬਨਾਰਸ ਦੇ ਮੰਚ ਤੋਂ ਅੰਮ੍ਰਿਤ ਬਾਣੀ ਦੇ ਪ੍ਰਕਾਸ਼ ਕਰਕੇ ਦੱਸ ਦਿੱਤਾ ਕਿ ਸੂਰਮੇ ਸੂਰਮੇ ਹੁੰਦੇ ਹਨ। ਇਹ ਉਹ ਸੂਰਮੇ ਹਨ ਜਿਨ੍ਹਾਂ ਦੇ ਆਪਾਂ ਸਾਰੇ ਮਹਾਂਪੁਰਸ਼ਾਂ ਦੇ ਦਰਸ਼ਨ ਕਰ ਰਹੇ ਹਾਂ,
जिन्होंने पूरे वर्ल्ड के विच सतगुरों की बाणी का सतगुरों के धर्म का रविदासिया धर्म का प्रचार किया है अते कर रहे हैं। संत बीबी कृष्ण देवी जी महाराज, संत सत्यपाल जी महाराज, संत चंद प्रकाश जी महाराज अते संत हरविंदर दास जी महाराज अते रविदासिया धर्म के महान प्रचारक श्री अक्सर संत सुरिंदर दास बाबा जी महाराज। सो सारे ही बिरधी परिवारों नूं, बदन परिवारों नूं, होर जिन्हें भी साडे दयाल बिरधी जी, दीपक बिरधी जी दे रिश्तेदार, सज्जन मित्र जिन्हें भी पहुंचे हैं, सारियां नूं अज दे इस पावन दिवस दीआं लख लख मुबारक दिंदे होए सारी संगत नूं जय गुरु देव, धन गुरु देव। बहुत धन्नवादी हाँ साडे साउंड वाले वीरां दे, साडे मजीशियन साहिबान दे जिहड़े सेवा कर रहे हैं, साउंड वाले वीर साडी आवाज़ तुहाडे तक पहुँचा रहे हैं, क्रांति टीवी दे जो मिशनरी योधे हैं साडे कमल भारती जिहड़े ये भी बंगड़ ने जीता बंगड़, जीता इन्हां दा असी प्यार दे नाम नाल रखिया है नाम जीता बंगड़ जी। सो सारे ने बड़े धन्नवादी हाँ संतां महापुरशां दे चरणां ते नतमस्तक हुंदे हां। आओ रविदासिया धर्म के महान प्रचारक श्री 108 संत सुरिंदर दास बाबा जी महाराज उन्हां दी कलम तों लिखी हुई रचना सरवण करिए जिन्हों अथा प्यार मोहम्मद
ਧੰਨਵਾਦੀ ਹਾਂ ਸਾਰੀਆਂ ਇਸ਼ਾਰੇ ਕਰ ਕਰ ਦੇ ਇਸ਼ਾਰੇ।